ਮੈਂ ਨਿਆਇ ਛੋੜੀ ਆ, ਜਿਨ੍ਹਾਂ ਨੇ ਮੇਰਾ ਘਰ ਵਜਾੜਿਆ ਹੋਵੇ ਉਹ ਚੜ ਜਾਣਗੇ। ਤੇ ਮੇਰਾ ਤੇ ਨਾ ਕੋਈ ਧੀ ਤੇ ਨਾ ਕੋਈ ਪੁੱਤ, ਮੇਰਾ ਤੇ ਘਰ ਵਾਲਾ ਹੀ ਮੇਰਾ ਸਹਾਰਾ ਏ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਗਹਿਰੀ ਮੰਡੀ ਫਾਟਕ ਦੇ ਬਿਲਕੁਲ ਕਰੀਬ ਇੱਕ ਮੋਟਰਸਾਈਕਲ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਣ ਦੇ ਨਾਲ ਦੋ ਜਣਿਆਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਸ ਮੋਟਰਸਾਈਕਲ 'ਤੇ ਮਾਂ ਪੁੱਤ ਅਤੇ ਇੱਕ ਛੋਟਾ ਬੱਚਾ ਸਵਾਰ ਸਨ। ਮੌਕੇ 'ਤੇ ਹੀ ਮਾਂ ਪੁੱਤ ਦੀ ਮੌਤ ਹੋ ਗਈ ਅਤੇ ਛੋਟੇ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਉਸਦਾ ਨਾਮ ਰਮਨ, ਉਮਰ 24 ਸਾਲ ਦੱਸੀ ਜਾ ਰਹੀ ਹੈ। ਰਮਨ ਕੁਮਾਰ ਦੀ ਮਾਂ ਸੁਮਿਤਰਾ, ਜਿਸ ਦੀ ਉਮਰ ਕਰੀਬ 55 ਸਾਲ ਦੱਸੀ ਜਾ ਰਹੀ ਹੈ। ਹੁਣ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ ਜਿਹਦੇ ਵਿੱਚ ਵੀ ਕਸੂਰ ਪਾਇਆ ਗਿਆ ਉਹਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਵੀ ਜ਼ਰੂਰ ਕੀਤੀ ਜਾਏਗੀ। ਮੇਰਾ ਨਾਮ ਕਿਹੜੀ ਜਗ੍ਹਾ ਤੋਂ? ਜੰਡਿਆਲਾ ਗੁਰੂ ਜੋਤੀ ਸਰ ਰੋਡ। ਇਹ ਜਿਹੜਾ ਗਹਿਰੀ ਮੰਡੀ ਫਾਟਕ ਤੇ ਐਕਸੀਡੈਂਟ ਹੋਇਆ ਵਾ ਵੀਰ ਜੀ, ਤੁਹਾਡੇ ਕੀ ਲੱਗਦੇ ਨੇ? ਤਾਏ ਦਾ ਮੁੰਡਾ ਹੈ ਮੇਰੇ, ਸਰਕਾਰੀ ਨੌਕਰੀ ਕਰਦਾ ਅੰਬਰਸਰ ਵਿੱਚ। ਤੇ ਕੀ ਕੰਮ ਕਰਦੇ ਨੇ? ਸਰਕਾਰੀ ਨੌਕਰੀ ਕਰਦੇ। ਤੇ ਕਿੱਥੋਂ ਆ ਰਹੇ ਸੀ ਭਾਜੀ? ਇਹ ਪੈਲਸ ਚੋਂ ਆਉਂਦੇ ਸੋਈ ਫਾਰਮ ਚੋਂ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ? ਸਾਨੂੰ ਉੱਥੋਂ ਕਿਸੇ ਨੇ ਦੱਸਿਆ, ਇੱਦਾਂ ਤੁਹਾਡੇ ਵਰਗੇ ਨੇ ਤੇ ਤੁਹਾਡੇ ਵੱਡਾ ਦਾ ਮੁੰਡਾ ਤੇ ਤੁਹਾਡੇ ਇੱਦਾਂ। ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ? ਸਾਨੂੰ ਪਤਾ ਨਹੀਂ ਲੱਗਾ, ਕਹਿੰਦੇ ਟਰੱਕ ਵੱਜ ਗਏ, ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਕਾਲਾ ਆ ਤੇ ਜਨਾਨੀ ਨਾਲ ਇੱਕ ਨਿਆਣਾ ਆ, ਸਾਨੂੰ ਪਤਾ ਸੀ ਤੇ ਚਲੋ ਨਿਆਣਾ ਤੇ ਅਸੀਂ ਫਿਰ ਵੇਖਣਾ ਇਹ ਬਲਡਾ ਬਲਡ ਗਿਆ ਨਾ ਤੇ ਅਸੀਂ ਸਮਝੇ ਤਾਂ ਉਹੀ ਚੱਲ ਸਾਡੇ ਬੰਦੇ ਵੀ ਗਏ ਉੱਧਰ ਚਾਹੀਦੀ ਹੈ। ਉਹ ਮੇਰੀ ਤਾਈ ਹੈ, ਕਹਿੰਦੇ ਮੇਰੇ ਤਾਏ ਦਾ ਮੁੰਡਾ ਆ। ਤਾਈ ਦੀ ਕੀ ਕਿਸ ਹਾਲਤ ਵਿੱਚ ਨੇ? ਤਾਈ ਮੇਰੀ ਨਾਲ ਹੀ ਆਈ, ਇਹਨਾਂ ਨੇ ਮੈਨੂੰ ਪਤਾ, ਮੈਂ ਜੰਡਿਆਲੇ 'ਚ ਪਤਾ ਲੱਗਾ ਤੇ ਇੱਦਾਂ ਇੱਦਾਂ ਤੁਹਾਡੇ ਭਰਾ ਜੀ ਦੇ ਬੰਦੇ ਐਕਸੀਡੈਂਟ ਹੋ ਗਿਆ। ਬੱਚਾ ਜਿਹੜਾ ਕੋਈ ਛੋਟਾ ਛੋਟਾ ਦੱਸ ਰਹੇ ਨਾਲ? ਤਾਏ ਮੇਰੇ ਤਾਂ ਇਹ ਭਤੀਜਾ ਹੈ ਮੇਰਾ ਮੁੰਡਾ। ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ? ਪਰ ਉਮਰ ਤਾਂ ਹੈਗੀ 8-7 ਸਾਲ ਉਮਰ ਹੋਣੀ, 5-7 ਸਾਲ। ਤਾਈ ਦੇ ਨਾਂ ਦਾ ਪਤਾ? ਹਾਂਜੀ, ਸੁਮਿਤਰਾ। ਕੀ ਨਾਂ? ਸੁਮਿਤਰਾ। ਇਸ ਜਿਹੜੀ ਜਿਹਦੀ ਮ੍ਰਿਤਕ ਦੀ ਮੌਤ ਹੋਈ ਦਾ ਕੀ ਨਾਂ ਜੀ? ਇਹਦਾ ਨਾਂ ਰਮਨ। ਕੀ ਨਾਂ ਕਾ ਜੀ? ਪ੍ਰਿਆ। ਆ ਕਿਤਰਾ ਐਕਸੀਡੈਂਟ ਕਰਾਂ ਬਾਪੇ, ਕੀ ਗੱਲ ਹੋਈ ਆ? ਸਰ ਮੰਮੀ ਨੂੰ ਕੰਮ ਤੋਂ ਲੈਣ ਗਏ, ਆਪ ਜੌਬ ਤੋਂ ਆਏ ਬਾਅਦ ਉਹਨਾਂ ਮੈਨੂੰ ਲੈਣ ਗਏ ਸੀ ਕੰਮ ਤੋਂ। ਅੱਛਾ ਜੀ। ਹਾਂਜੀ। ਇਹ ਕਿੰਨੇ ਕੁ ਵਜੇ ਦੀ ਘਟਨਾ ਵਾ? 5 ਵਜੇ। 5 ਵਜੇ ਦੀ ਘਟਨਾ ਵਾ? ਤੁਹਾਨੂੰ ਕਿੱਦਾਂ ਪਤਾ ਲੱਗਾ? ਸਰ ਫੋਨ ਆਇਆ,
ਤੇ ਮੌਕੇ ਤੇ ਦੋਵਾਂ ਦੀ ਮੌਤ ਹੋ ਗਈ ਹੈ? ਨਹੀਂ ਮੰਮੀ ਦੀ ਰਾਤ ਜਾਂਦੇ ਜਾਂਦੇ ਮੇਰੇ ਹਸਬੰਦ ਦੇ ਮੌਕੇ ਤੇ ਆ ਕੇ ਹੋਤਾ। ਮੁੰਡੇ ਦੀ ਕਿੰਨੀ ਉਮਰ ਹੈ? ਜਿਨ੍ਹਾਂ ਦੀ ਡੈਥ ਹੋਈ ਉਹ ਤੁਹਾਡੇ ਹਸਬੰਦ ਹੀ? ਮੇਰੇ ਹਸਬੰਦ। ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ? ਉਹਨਾਂ ਦੀ ਹੈਗੀ 23 ਸਾਲ। 23 ਸਾਲ ਉਮਰ ਸੀ? ਹਾਂਜੀ। ਕੀ ਮੰਗ ਕਰਦੇ ਹੁਣ ਪ੍ਰਸ਼ਾਸਨ? ਮੈਂ ਨਿਆਂ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰਾ ਘਰ ਵਿਚਾੜਿਆ ਹੋਵੇ ਉਹ ਚੜ ਜਾਣ ਕੇ ਤੇ ਮੇਰਾ ਤੇ ਨਾ ਕੋਈ ਧੀ ਤੇ ਨਾ ਕੋਈ ਪੁੱਤ, ਮੇਰਾ ਤੇ ਘਰ ਵਾਲਾ ਹੀ ਮੇਰਾ ਸਹਾਰਾ ਹੈ। ਰਮੇਸ਼ਲਾਲ ਜੀ, ਜੋ ਅੱਜ ਪਿੰਡ ਗਹਿਰੀ ਮੰਡੀ ਵਿਖੇ ਫਾਟਕ ਦੇ ਉੱਤੇ ਐਕਸੀਡੈਂਟ ਹੋਇਆ ਵਾ, ਉਸ ਮ੍ਰਿਤਕ ਦਾ ਕੀ ਨਾਮ ਹੈ? ਉਸ ਮ੍ਰਿਤਕ ਦਾ ਰਮਨ ਕੁਮਾਰ ਸਰ। ਠੀਕ ਹੈ ਜੀ। ਇਹ ਕਿੰਨੇ ਜਾਣੇ ਸੀ? ਇਹ 3 ਜਣੇ ਸਰ। ਕਿਸ ਤਰ੍ਹਾਂ ਮੌਤ ਹੋਈ? ਸਰ ਟਰੱਕ ਵਿੱਚ ਮਾਰ ਗਿਆ। ਕਾਹਦੇ ਤੇ ਸੀ? ਇਹ ਮੋਟਰਸਾਈਕਲ ਦੇ ਮੁੰਡਾ। ਇਹਨਾਂ ਦੇ ਨਾਲ ਕੌਣ ਕੌਣ ਸੀ? ਇਹਨਾਂ ਦੇ ਮਦਰ ਜੀ ਨਾਲ, ਇਹਨਾਂ ਦਾ ਨਾਮ ਮਿੱਤਰਾ ਜੀ, ਨਾਲ ਭਤੀਜਾ ਜੀ, ਉਹਦਾ ਮੁੰਡੇ ਦਾ ਮਾਤਾ, ਮੇਰਾ ਪੁੱਤਰਾ ਜੀ ਨਿਕਲ ਉਹਦਾ ਨਾਲ। ਸਰ ਮਤਲਬ ਤੁਸੀਂ ਕੀ ਮੰਗ ਕਰਦੇ? ਮੰਗ ਕਰਦਾ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਹੁਣ ਗਰੀਬ ਬੰਦੇ ਮਰ। ਉਸ ਟਰੱਕ ਵਾਲੇ ਦਾ ਕੁਛ ਪਤਾ ਲੱਗਾ? ਟਰੱਕ ਵਾਲੇ ਨੂੰ ਕਿਹਦਾ ਨਾ ਕਬਜ਼ੇ ਤੇ ਇਹਨਾਂ ਫੜਿਆ, ਟਰੱਕ ਵੀ ਲਾਇਆ ਵਾ ਤੇ ਕਹਿੰਦੇ ਜੀ ਟਰੱਕ ਵਾਲਾ ਨਿਕਲਣਾ ਨੀ ਚਾਹੀਦਾ, ਨਾ ਟਰੱਕ ਵਾਲਾ ਗਰੇ ਬਣ। ਹਾਂਜੀ ਮਾਸਟਰ ਬਣ ਕੇ ਸਾਡੀ ਸੁਣਵਾਈ ਹੋਣੀ ਚਾਹੀਦੀ। ਕਿੱਥੋਂ ਆ ਰਹੇ ਸੀ? ਸਰ ਇੱਥੋਂ ਕਿਤੋਂ ਆਏ ਗਏ? ਕੀ ਕੰਮ ਕਰਦਾ ਸੀ? ਸਰਵਿਸ ਕਰਦਾ ਸੀ। ਕੀ ਕੰਮ ਕਰਦਾ ਸੀ? ਦਵਾਈ ਲੈ ਕੇ ਆ ਰਹੇ ਸੀ, ਨਾਲ ਬੱਚਾ ਛੋਟਾ ਚੱਲਾ, ਉਹ ਦਵਾਈ ਲੈ ਕੇ ਆ ਰਿਹਾ। ਉੱਥੋਂ ਸਰ ਰੋਂਗ ਸਾਈਡ ਲਿਆ ਕੇ ਟਰੱਕ ਵਾਲੇ ਨੇ, ਵੇਖੋ ਵੀਡੀਓ ਚੱਲ ਚੰਗੀ ਤਰ੍ਹਾਂ ਦੇਖ, ਇਹ ਬਿਲਕੁਲ ਆਪਣੇ ਹੱਥ ਆ ਜੀ, ਤੇ ਦੂਜਾ ਟਰੱਕ ਜਿਹੜਾ ਰੋਂਗ ਸਾਈਡ ਸੀ, ਸ਼ਾਇਦ ਕਿਵੇਂ ਹੋ ਸਕਦਾ ਵੀ ਉਹਨੇ ਨਸ਼ਾ ਪੱਤਾ ਕੀਤਾ ਹੋਵੇ, ਤੇ ਉਹਨੇ ਸਰ ਬਿਲਕੁਲ ਉੱਪਰ ਚੜਾਤਾ ਟਰੱਕੋ। ਮੋਟਰਸਾਈਕਲ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ, ਮੋਟਰਸਾਈਕਲ ਬਿਲਕੁਲ ਚੜਾ ਲੱਗ ਗਿਆ। ਹਾਂ ਤੇ ਸਿਰ ਦਾ ਵੇਖੋ ਤੁਸੀਂ ਦੇਖਿਆ ਨਾ, ਪੂਛ ਲੈ ਗਿਆ ਤੇ ਜੀ ਬਹੁਤ ਬੁਰਾ ਹਾਲ ਹੈ। ਟਰੱਕ ਵਾਲਾ ਜਿਹੜਾ ਇਸ ਟਾਈਮ ਕਿੱਥੇ? ਟਰੱਕ ਵਾਲਾ ਸਰ ਅਰੈਸਟ ਕੀਤਾ ਹੋਇਆ ਆਪਣੇ ਆਪ ਮੁਲਾਜ਼ਮ ਭਰਾਵਾਂ ਨੇ। ਮੌਕੇ ਤੇ ਪੁਲਿਸ ਪਹੁੰਚ ਗਈ ਸੀ? ਹਾਂ ਜੀ ਸਰ, ਮੁਲਾਜ਼ਮ ਪੂਰਾ ਆਪਣਾ ਇਸ ਟਾਈਮ ਸਾਥ ਦੇ ਰਹੇ ਹਾਂ, ਪਰ ਉਹ ਇਹਨਾਂ ਦੇ ਕੋਲ ਬੇਨਤੀ ਹੈ ਹੱਥ ਜੋੜ ਕੇ ਕਿ ਸਰ ਇਹਨਾਂ ਨੂੰ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ, ਕਿਉਂਕਿ ਘਰ ਤੇ ਬਰਬਾਦ ਹੋ ਗਿਆ ਸਰ, ਮੰਮੀ ਵੀ ਪੂਰੀ ਹੋ ਗਈ, ਨਾਲ ਬੇਟੇ ਦਾ ਵੀ ਪਤਾ ਕੋਈ ਨਹੀਂ ਹੁੰਦਾ, ਬੱਚੇ ਦਾ ਵੀ ਕੁਛ ਕਹਿ ਨਹੀਂ ਸਕਦੇ, ਤੇ ਆਪ ਦੇ ਮੌਕੇ ਦੀ ਇੱਦਾਂ ਹੋ ਗਿਆ ਨਾ। ਮੈਂ ਜਿਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਉਮਰ ਕਿੰਨੀ ਸੀ ਸਰ? ਉਹਨਾਂ ਦੀ ਕੋਈ 24 ਸਾਲ ਹੋਏਗੀ ਸਰ। ਤੇ ਜਿਹੜੇ ਇਹਨਾਂ ਦੀ ਮਾਤਾ ਜੀ ਸੁਮਿਤਰਾ ਕੌਰ, ਉਹਨਾਂ ਦੀ ਉਮਰ ਕਿੰਨੀ ਸੀ? ਲੈ ਕੇ ਚਲੋ 50 55 ਜਿੰਨੇ ਹੋ ਗਏ, ਇਸ ਤੋਂ ਵੱਧ ਨਹੀਂ। ਅਸੀਂ ਆਪਣੇ ਜੰਡਿਆਲਾ ਗੁਰੂ ਤੇ ਵੈਰਵਾ ਉੱਥੇ ਗਊਸ਼ਾਲਾ ਰੋਡ ਮਾਤਾ ਰਾਣੀ ਦੇ ਬੈਕ ਸਾਈਡ ਸੀਗੇ ਜੀ, ਉਹ ਜਿਹੜਾ ਟੀਨਾ ਜਿਹਾ ਟਾਣਾ ਟਾਣਾ ਸਾਈਕਲ ਦਫ਼ਤਰ ਉਹਦੇ ਬਿਲਕੁਲ ਦੇਖ ਕੇ ਰਹਿੰਦੇ ਸਰ, ਅਤੇ ਹੱਥ ਜੁੜ ਕੇ ਵੇਚਦੇ ਹਾਂ ਵੀ ਆਪਾਂ ਗਰੀਬ ਬੰਦੇ ਹਾਂ ਅਤੇ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ, ਇਹਨਾਂ ਦੀ ਸੁਣਵਾਈ ਹੋਣੀ। ਹਾਂਜੀ ਠੀਕ ਹੈ ਜੀ। ਹਾਂਜੀ ਸਰ, ਸ਼ੁਭ ਨਾਮ। ਏਐਸਏ ਗੁਰਵਿੰਦਰ ਸਿੰਘ ਸਰ, ਪਿੰਡ ਗਹਿਰੀ ਮੰਡੀ ਵਿਖੇ ਜਿਹੜਾ ਐਕਸੀਡੈਂਟ ਹੋਇਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਲੜਕਾ ਰਮਨ ਕੁਮਾਰ, ਇਹਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ, ਇਹ ਇੱਥੋਂ ਆਪਣੀ ਬੈਗ ਤੇ ਆ ਰਹੇ ਸੀਗੇ ਪਿੰਡ ਭੰਗਵਾ ਤੋਂ ਗਹਿਰੀ ਕਸਬੇ ਨੂੰ ਜਾ ਰਹੇ ਸੀ, ਤੇ ਫਾਟਕ ਦੇ ਉੱਪਰ ਸਰ ਇੱਕ ਟਰੱਕ ਆਏ ਦੂਸਰੀ ਸਾਈਡ ਤੋਂ, ਤੇ ਟਰੱਕ ਨਾਲ ਇਹਨਾਂ ਦੇ ਹਿੱਟ ਹੋਣ ਕਰਕੇ ਤੇ ਰਮਨ ਦੀ ਤੇ ਮੌਕੇ ਤੇ ਮੌਤ ਹੋ ਗਈ ਹੈ ਜੀ। ਇਹਨਾਂ ਦੀ ਮਿਸਜ ਨੂੰ ਤੇ ਸੋਰੀ ਇਹਨਾਂ ਦੀ ਮਦਰ ਸੁਮਿਤਰਾ ਜੀ ਤੇ ਬੇਟਾ ਲਖਨ ਜੀ, ਉਹ 108 ਜ਼ਰੀਏ ਸਰ ਗੁਰੂ ਨਾਨਕ ਹੋਸਪਿਟਲ ਇਲਾਜ ਲਈ ਭੇਜਦੇ ਆ ਜੀ। ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹਨਾਂ ਦਾ ਕਹਿਣਾ ਹੈ ਕਿ ਸੁਮਿਤਰਾ ਦੀ ਵੀ ਮਤਲਬ ਮੌਤ ਹੋ ਗਈ, ਉਹਦੇ ਸੰਬੰਧ ਵਿੱਚ ਡਾਕਟਰ ਸਾਹਿਬ ਡਿਕਲੇਅਰ ਕਰੇਗਾ ਜੀ।